ਸਾਰੇ ਬੇਣ ਭਾਈਆਂ ਮਾਰਾ ਬੋਲਾ ਬੋਲਾ RAM RAM ਕੋਈ ਮੱਤਾ ਬੇਣ ਪੁੱਛਿਓ ਕਿ ਆਪਾਂ ਜਦ ਕਰਵਾ ਚੌਥੋ ਵਰਤਰਾਖਾਂ ਤੋ ਬੀ ਟੇਮ ਆਪਾਂ ਚੰਦ ਨੇ ਅਰ ਸੂਰਜ ਨੇ ਅਰਕ ਦੇਵਾ ਤੋ ਕਿਸ਼ੋ ਮੰਤਰ ਆਪਾਂ ਨੂੰ ਬੋਲਣਾ ਚਾਹੀਏ ਤੋ ਬੀਨੇ ਤੋ ਮੈਂ ਮੰਤਰ ਮੰਤਰ ਬਤਾਵਈ ਤੋ ਮੇਰੇ ਦਿਮਾਗ ਮੈਂ ਵੀ ਆਪਾਂ ਇਹ ਮੰਤਰਾਗੁਏ ਇੱਕ ਵੀਡੀਓ ਬਣਾ ਕੇ ਸਾਰੇ ਮੇ ਮੱਤਾ ਬੇਣਾ ਨੇ ਬਤਾ ਦਿਆਂ ਬਈ ਕੇ ਮੰਤਰ ਬੋਲੀ ਜਾ ਜਦ ਸੂਰਜ ਨੇ ਅਰ ਚੰਦ ਨੇ ਆਪਾਂ ਅਰਕ ਦੇਵਾ ਚੌਥੋ ਵਰਤਰਾਖ ਗੇ तो आज मैं थार वास्ते सूरज और चांद ने अरक देणगो एक बहुत ही सुंदर और स्टिक और प्यारो सो मंत्र लेके आया हूं उम्मीद है, है भी ओ मंत्र थाने पसंद आई जथे सूरज ने चांद ने अरक देओगा तो ओ मंत्र थे जरूर बोलोगा जकी माता बेणा बहुत सालां व्रत रखण लागरी है बन्ने तो ध्यान है बिके मंत्र बोलनो है पर जकी माता बेणा पहली बार व्रत रखण लागरी है तो बा वास्ते तो ओ बहुत ही जरूरी है ਅਰ ਜਿੱਤੇ ਕੇ ਵੀ ਆਪਾਂ ਸੂਰਜ ਨਰ ਚੰਦਨ ਅਰਕ ਦੇ ਕੇ ਮੰਤਰ ਨਾ ਬੋਲਾਂ ਤਾਂ ਬਿੱਤਾ ਆਪਣੋ ਬੋ ਬਰਤ ਔਰ ਅਰਕ ਕਮ ਕੋਨੀ ਆਵੇ ਤੋ ਆਪਾਂ ਨੇ ਉਹ ਮੰਤਰ ਅਰਕ ਦੇ ਕੇ ਜਰੂਰ ਬੋਲਣਾ ਚਾਹੀਏ ਤੋ ਲਿਓ ਜੀ ਅੱਜ ਤੁਹਾਨੂੰ ਤਰੀਕੋ ਬਤਾ ਦਿਆਂ ਔਰ ਮੰਤਰ ਬਤਾ ਦਿਆਂ ਵੀ ਕੀ ਹੈ ਮੰਤਰ ਬੋਲਣੇ ਔਰ ਕੇ ਤਰੀਕਾ ਹੂੰ ਆਪਾਂ ਅਰਕ ਦੇਣਾ ਤੋ ਤੁਦ ਆਪਾਂ ਕਥਾ ਸੁਣਾ ਬੀ ਟੇਮ ਆਪਾਂ ਆਤ ਗਏ ਮਾ अरक लेवा तो कथा सुने बाद भी अरकना आपने दो हिस्सा में बांट लेना है एक इसमें तो एक हिस्सा खातर तो रख लेना है सूरज भगवान ने, ने अरक दें वास्त अख लेना है चांद भगवान ने अरक देने तो कई ग्रह में तो रिवाज हो आप शाम को वास्ते अरक रखा वो आपके पल लिए और कई बार इं भी पल ढिली गांठ हो तो वो भी खुल खाल के गए डूलना जी तो बिना काबू बांध है और जे आप पला नहीं बन तो कोई बर्तन गव गए कोई बाटी में कटोरी में सूहू डक गए कठिन चीजेंगे मिल दियो जो कि कोई आत ना लगे कोई बिना डोल ना दिए फेंक ना दिए खराब ना कर दिए तो इन चीज को अपना विशेष ध्यान रखना है और अब आप जो कोई सूरज भगवान खतरा दो राख्य है तो बिना हाथ में ले गए और आप जावगा सूरज भगवान के सामने मूँह कर गेर जब आप अरक दे लग तो अपना हाथ गह एक तो वह अरक का दाना और दूसरा होना चाहिए चांदी को एक ਬਈ ਕੋਈ ਛੱਲੋ ਹੋਵੇ ਕੋਈ ਮੁੰਦੜੀ ਹੋਵੇ ਅੰਗੂਠੀ ਹੋਵੇ ਕੀ ਨਾ ਹੋਵੇ ਤਾਂ ਬਈ ਪਜੇਬ ਕੱਢ ਲਿਓ ਆਪਣੇ ਪਗਮੂ ਤਾਂ ਬਪਾ ਜੇਬ ਵੀ ਇੱਕ ਆਪਾਂ ਨੇ ਟੂਮ ਆਤ ਕਾ ਮੈਂ ਜ਼ਰੂਰ ਲੈਣੀ ਹੈ ਚਾਂਦੀ ਅਬ ਬਾਤ ਹੈ ਮੈਂ ਚਾਂਦੀ ਦੀ ਟੂਮ ਬਲਾਈਨ ਛੱਲੋ ਹੀ ਹੋਵੇ ਚਾਹੇ ਉਹ ਆਤ ਕਾ ਮੈਂ ਲੇਗੇ ਅਰ ਅਤੇਲੀ ਦੇ ਉੱਪਰ ਅਰਕ ਰੱਖਗੇ orbing upre apne kare jo karuega ma pani hai bobing upre gairne suraj bhagwan ka nimu karge ar mantar bolne hai kan gadayo munddoro kan gadayo haar baap gadayo munddoro susrare gadayo haar kyango maro munddoro kyango maro haar sonengo maro munddoro hire motiyan go haar atame sove munddoro garme sove haar suraj devta ne arak deen ta mara jiye bir bartar aak talay maro ਸਾਸਰੋਰ ਢਾਕ ਤਲੇ ਮਰੂ ਪੀਰ ਪਰਿਵਾਰ ਪੀਰ ਸਾਸਰੋ ਇੰਆ ਬਸੇ ਜਿਉ ਕੀੜੀ ਨਗਰੇ ਕੋ ਸੋ ਨਾਲ ਤੋ ਇਤੋ ਕੇ ਗੇ ਮੰਤਰ ਔਰ ਉਹ ਅਰਕਸਾਰ ਉਹ ਦੇ ਦੇਣੋ ਆਪਾਂ ਨੇ ਔਰ ਅਰਕ ਦੇ ਬਾਦ ਜੋ ਕੋ ਧਰਤੀ ਪਰ ਪਾਣੀ ਪੜ ਜੇ ਬਿੰਗੋਈਆਂ ਆਪਾਂ ਨੇ ਆਂਗਲੀ ਬਰਗੇਰ ਮੱਥੇ ਗਮਾ ਟਿਕੋ ਕਾੜ ਲੈਣਾ ਹੈ ਪੁਰ ਆ ਬਾਤ ਸੂਰਜ ਭਗਵਾਨ ਨੇ ਕਹਿਨੀ ਆ ਜੋੜ ਕੇ ਵੀ ਹੈ ਸੂਰਜ ਭਗਵਾਨ ਜੀਆਂ ਤੇ ਸੰਸਾਰ ਕੇ ਮਾਰੋਸ਼ਨੀ ਕਰ ਰੱਖੀ ਹੈ ਪ੍ਰਕਾਸ਼ ਫੈਲਾ ਰੱਖਿਆ ਉਹ ਇਸੋ ਹੀ ਪ੍ਰਕਾਸ਼ ਰੋਸ਼ਨੀ ਮੇਰੀ ਜ਼ਿੰਦਗੀ ਮੇਰੇ ਪਤੀ ਕੀ ਮੇਰੇ ਪਰਿਵਾਰ ਕੀ ਜ਼ਿੰਦਗੀ ਮੇਂ ਹਮੇਸ਼ਾ ਹੀ ਰੱਖਿਓ ਅਬ ਕੀੜੀ ਉਸ ਨਾਲ ਤਾਂ ਕਿਆ ਹਤਰ ਕਹਿ ਵੀ ਜੀਆਂ ਕੀੜੀ ਨਗਰ ਕਿਤੋਂ ਲੰਬੋ ਨਾਲ ਹੋਏ ਤਾਂ ਕਹਿਣੋ ਬਾਵ ਹੈ ਵੀ ਮੇਰੋ ਪੀਰ ਸਾਸਰ ਹੋਈਆਂ ਲੰਬੋ ਲੰਬੋ ਕੀੜੀ ਕੀ ਨਗਰ ਇਤਰੀਆਂ ਬੱਦਤੋ ਹੀ ਜਾਵੇ ਮੈਨੂੰ ਕੋਈ ਕਮੀ ਨਾ ਆਵੇ ਇਹ ਵਾਸਤੇ ਉਹ ਟੱਪੋ ਕਹੀ ਜੇ ਅਬ ਸ਼ਾਮ ਨੇ ਜਦ ਆਪਾਂ चंद देख गेर चंद भगवान ने जो आप अरक देव तो भी में भी बुझ को अपन दिन मत दर्क रखीड़ो वो आत्मा ले लैन है और चांदी की टूम आत्मा ले लेनी है चाहे छलो होंट्टी होंगूठी होगी पजेब हो चाहे कुछ भी हो तो एक मतलब चांदी की टूम अपने आत्मा होनी चाहिए और दूसरों को आपको करवो है पानी उबरेड़ो पानी चंद भगवान कहानी देख गेर आपने ਰਕਾ ਗਾ ਉੱਪਰ ਹੈ ਅਰਬੀ ਚਾਂਦੀ ਦੀ ਟੁੰਗ ਉੱਪਰ ਗੇਰਣੂ ਹੈ আর આઈ Baat મીઠ એમ બોਲਣੀ હે વિકਣ ਗੜਾਇਓ মুਂਦੜੋ আর ਕਣ ਗੜਾਇਓ ਹਾਰ ਬਾਪ ਗੜਾਇਓ মুਂਦੜੋ আর ਸੁਸਰੇ ਗੜਾਇਓ আর ਕਿਆਂਗੋ ਮਾਰੋ মুਂਦੜੋ আর ਕਿਆਂਗੋ ਮਾਰੋ আর સોਨੇ ਗੋ ਮਾਰੋ মুਂਦੜੋ আর ਮੋਤੀਆਂ ਗੋ ਮਾਰੋ আর ਅਤਾ ਮੈਂ ਸੋਵੇ মুਂਦੜੋ আর ਗਲ ਮੈਂ ਸੋਵੇ আর ਚੰਦ ਦੇਵਤਾ ਨੇ ਹਰਕ ਦੇਵਤਾ ਮਾਰਾ ਜੀਏ ਬੀਰ ਬਰਤਾਰ ਆਕ ਤਲੇ ਮਰਸਾ ਸਰੂਰ ਡਾਕ ਤਲੇ ਮਰੂ ਪੀਰ ਪਰਿਵਾਰ ਪੀਰ ਸਾਸਰੋ ਮਰੂ ਇयां ਬਸ ਜਿਉ ਕੀੜੀ ਨਗਰੇ ਕੋ ਸੋ ਨਾਲ ਔਰ ਵੀ ਟੇਮ ਜਦ ਕੋ ਆਪਾਂ ਨੀਚੇ ਧਰਤੀ ਪਰ ਪਾਣੀ ਘੇਰਤੀਆਂਗਾ ਚੰਦ ਨਰਕ ਦੇਗੇ ਤੋ ਵੀ ਮੂ ਆਪਾਂ ਨੇ ਇੱਕ ਆਂਗਲੀ ਵਰਗੇ ਰਾਪ ਕੇ ਮੱਥਾ ਗਾ ਮੱਥੇ ਲਕ ਲਗਾਣਵੇ ਅਹ ਆ ਬਾਤ ਬੋਲਨੀ ਹੈ ਵੀ हे ਚੰਦਰਮਾਨ ਦੇਵਤਾ ਜੀਆਂ ਤੇ ਸਾਰੀ ਧਰਤੀ ਨੇ ਸੁਣੀ ਠੰਡੀ ਠੰਡੀ ਰੋਸ਼ਨੀ ਦੇਵੋ ਵੀਆਂ ਹੀ ਮੇਰੀ ਜ਼ਿੰਦਗੀ ਗਏ ਮਾਂ ਵੀ ਵੀ ਕੋਈ ਦੁੱਖ ਨਾ ਆਣ ਦਿਓ ਹਰ ਚੀਜ਼ ਨੇ ਠੰਡੀ ਠਾਰੀ ਰੱਖਿਓ ਤੋ ਇਹ ਆ ਜੀ ਚੰਦ ਦਾ ਔਰ ਸੂਰਜ ਭਗਵਾਨ ਦਾ ਅਰਕ ਦੇਣ ਦਾ ਮੰਤਰ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਣਾ ਹੈ ਤੇ ਵਰਤ ਰੱਖ ਗਏ ਜਦ ਸੂਰਜ ਨੇ ਔਰ ਚੰਦ ਨੇ ਅਰਕ ਦੇਵੋਗਾ ਤੋ ਇਹ ਮੰਤਰ ਬੋਲਿਓ ਥਰੇ ਕਾਮਾਸੀ ਧੰਨਵਾਦ ਜੀ